ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 2 ਫਰਬਰੀ 2021 ਦਾ ਇੰਗਲਿਸ਼ ਦਾ ਟੈਸਟ ਹੈ ਜੋ ਉਹ ਲੈ ਕੇ ਆਜਾ ਰਹਾਂ ਠੀਕ ਹੈ 35 ਨੰਬਰ ਵਾਲਾ ਤੇ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕੀ ਖਸਾਵੇਗਾ ਤੇ ਇਸ ਦੇ ਪੇਪਰ ਤੁਸੀਂ ਸੋਲਵ ਕਰਨੇ ਆ ਪਾਰਟ A ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਰੀਡਿੰਗ ਕੰਪਰੀਹੈਂਸ਼ਨ ਦਿੱਤਾ ਗਿਆ ਹੈ ਇਸ ਪੈਰੇ ਦੇ ਪਰਿਸ਼ਾਣ ਉੱਤਰ ਕਰਨੇ ਨੇ ਪੈਰਾ ਪੜ੍ਹ ਕੇ ਠੀਕ ਹੈ ਰੀਡ ਦਾ ਫੋਲੋਇੰਗ ਪੇਸੇਜ ਐਂਡ ਆਨਸਰ ਦਾ ਕੁਐਸਚਨਸ ਪੈਰਾ ਪੜ੍ਹਨਾ ਹੈ ਤੇ ਕੁਐਸਚਨਾਂ ਦੇ ਆਨਸਰ ਦੇਣੇ ਨੇ ਦਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸਰੋ ਇਜ਼ ਦਾ ਸਪੇਸ ਏਜੰਸੀ ਆਫ ਦਾ ਗਵਰਨਮੈਂਟ ਆਫ ਇੰਡੀਆ ਹੈੱਡਕੁਆਰਟਰਡ ਇਨ ਦਾ ਸਿਟੀ ਆਫ ਬੰਗਲੌਰ ਜਿਹੜੀ ਇਸਰੋ ਹੈ ਉਸ ਦਾ ਜਿਹੜਾ ਭਾਰਤ ਦੀ ਸਪੇਸ ਰਿਸਰਚ ਏਜੰਸੀ ਹੈ ਜਿਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਹੈ ਇਟ ਇਸ ਵਿਜ਼ਨ ਇਜ਼ ਟੂ ਕੰਟਰੋਲ ਸਪੇਸ ਟੈਕਨੋਲੋਜੀ ਫੋਰ ਨੈਸ਼ਨਲ ਡਿਵੈਲਪਮੈਂਟ ਵਾਈਲ ਪਰਸ਼ੂਇੰਗ ਸਪੇਸ ਸੈਂਸਰ ਸਰਚ ਐਂਡ ਪਲੈਨਟਰੀ ਐਕਸਪਲੋਰੇਸ਼ਨ ਜਿਹੜਾ ਦਾ ਮੁੱਖ ਜਿਹੜਾ ਵਿਜਨ ਹੈ ਮਤਲਬ ਏਮ ਹੁੰਦਾ ਠੀਕ ਹੈ ਉਹ ਕੰਟਰੋਲ ਕਰਨਾ ਹੈ ਸਪੇਸ ਟੈਕਨੋਲੋਜੀ ਨੂੰ ਤੇ ਦੇਸ਼ ਦਾ ਵਿਕਾਸ ਕਰਨਾ ਹੈ ਠੀਕ ਹੈ ਇਸ ਤਰ੍ਹਾਂ ਦਾ ਇਹਦਾ ਏਮ ਨੇ ਫਾਰਮਡ ਬਾਈ 1969 1969 ਦੇ ਵਿੱਚ ਜਿਹੜਾ ਹੋਇਆ ਸੀ ਇੰਪੋਰਟੈਂਟ ਹੈ ਪੁੱਛਿਆ ਜਾਊਗਾ ISRO ISRO ਸਰਪ੍ਰੈਸਡ ਆ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਐਸਟੈਬਲਿਸ਼ਡ 1962 ਜਿਹੜੀ 1962 ਦੇ ਵਿੱਚ ਬਣੀ ਸੀ ਉਸ ਦੇ ਦੁਆਰਾ ਇਹ ਬਣਾਈ ਗਈ ਸੀ ਬਾਈ ਦਾ ਫੋਰਟਸ ਆਫ ਇੰਡੀਪੈਂਡੈਂਟ ਇੰਡੀਆਜ਼ ਫਰਸਟ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਜਵਾਰਲਾਲ Nehru ਹੀ ਦੁਬਾਰਾ ਇਸ ਨੂੰ ਬਣਾਉਣ ਦੇ ਲਈ ਫੋਟੋ ਕੀਤੇ ਗਏ ਸੀ ਠੀਕ ਹੈ ਇਸ ਤਰ੍ਹਾਂ ਇਹ ਪੈਰਾ ਜਿਹੜਾ ਤੁਸੀਂ ਖੁਦ ਦੇਖ ਸਕਦੇ ਹੋ ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਖੁਦ ਪੜ੍ਹ ਸਕਦੇ ਹੋ ਇਹਦੇ ਵਿੱਚ ਇੰਪੋਰਟੈਂਟ ਡੇਟਾ ਨੇ ਠੀਕ ਹੈ ਸੋਵੀਅਤ ਯੂਨੀਅਨ 19 April 1975 ਠੀਕ ਹੈ ਆਰੀਆ ਪੱਟਾ 1980 ਠੀਕ ਹੈ SLB 3 ਇਹ ਸਾਰੀਆਂ ਚੀਜ਼ਾਂ ਦੇ ਬਾਰੇ ਪ੍ਰਸ਼ਨ ਪੁੱਛੇ ਜਾਣਗੇ ਅੱਗੇ ਤੁਹਾਨੂੰ ਪ੍ਰਸ਼ਨ ਦਿਖਾਉਣੇ ਆ ਪ੍ਰਸ਼ਨ ਨੰਬਰ 1 ਹੈਗੇ ਸਾਡੇ ਕੋਲ ਠੀਕ ਹੈ ਵੈਨਬਾਜ਼ ਦਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਫਾਰਮਾਟ ਇਹ ਸਾਡੇ ਕੋਲ ਆ ਤਿੰਨ ਚਾਰ ਡੇਟਾਂ ਦਿੱਤੀਆਂ ਗਈਆਂ ਨੇ ਤੇ ਉੱਤੇ ਮੈਂ ਦੱਸਿਆ ਵੀ ਹੈ ਪਰ ਹੁਣ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਇਸ ਕਰਕੇ ਤੁਸੀਂ ਦੇਖਣਾ ਇਹ ਕਿਹੜੀ ਡੇਟ ਨੂੰ ਜਿਹੜੀ ਇਸਰੋ ਹੈ ਉਹ ਬਣੀ ਸੀ ਠੀਕ ਹੈ ਤੇ ਉੱਤੇ ਤੁਹਾਡੇ ਕੋਲ ਇਹ ਪੈ ਰਿਹਾ ਤੁਸੀਂ ਦੁਬਾਰਾ ਦਿਖਾ ਦੇਵਾਂਗੇ ਪਹਿਲਾਂ ਪਰਚੰਨ ਦੇਖ ਲਓ ਇਨ ਵਿੱਚ ਇੰਡੀਅਨ ਆਰਗੇਨਾਈਜੇਸ਼ਨ ਵਾਸ ਫਾਰਮਡ ਇਨ ਸਪੇਸ ਆਫ ਇੰਡੀਅਨ ਨੈਸ਼ਨਲ ਕਮੇਟੀ ਫੋਰ ਸਪੇਸ ਰਿਸਰਚ ਠੀਕ ਹੈ ਉਨਾਂ ਦੁਆਰਾ ਕਿਹੜੀ ਬਣਾਈ ਗਈ ਸੀ ਆ ਇਸ ਦੁਆਰਾ ਜਿਹੜੀ ਇਹ ਕਮੇਟੀ ਹੈ ਉਸ ਦੇ ਦੁਆਰਾ ਕਿਹੜੀ ਆਰਗੇਨਾਈਜੇਸ਼ਨ ਬਣਾਈ ਗਈ ਹੈ NASA ਬਣਾਈ ਗਈ ਹੈ HAL ਬਣਾਈ ਗਈ ਹੈ ISRO ਬਣਾਈ ਗਈ ਹੈ ਜਾਂ ਫਿਰ ITS ਬਣਾਈ ਗਈ ਹੈ Who is the who is considered as the father of Indian space program ਜਿਹੜਾ Indian space program ਸੀ ਉਸ ਦਾ ਫਾਦਰ ਕਿਸ ਨੂੰ ਕਿਹਾ ਗਿਆ ਗਿਆ ਜਵਾਹਰ ਲਾਲ ਨਹਿਰੂ ਨੂੰ ਵਿਕਰਮ ਸਰਾਭਾਈ ਨੂੰ ਵਿਕਰਮ ਸਰਾਭਾਈ ਨੂੰ ਆਰੀਆ ਭੱਟਾ ਨੂੰ ਜਾਂ ਰੋਹੀਨੀ ਨੂੰ ਠੀਕ ਹੈ ਇਸ ਤੋਂ ਬਾਅਦ ਦਾ ਸੈਟੇਲਾਈਟ ਆਰੀਆ ਭੱਟਾ ਬਾਜ਼ ਨੇਮਡ ਆਫਟਰ ਦਾ ਫੇਮਸ ਡੈਸ਼ ਜਿਹੜਾ ਆਰੀਆ ਭੱਟਾ ਦੇ ਨਾਮ ਤੇ ਰੱਖਿਆ ਗਿਆ ਮਿਸਾਈਲ ਦਾ ਨਾਂ ਸੈਟੇਲਾਈਟ ਦਾ ਨਾਂ ਉਹ ਕਿਸ ਦੇ ਨਾਮ ਤੇ ਸੀ ਮਤਲਬ ਸਾਇੰਟਿਸਟ ਦੇ ਵਿਗਿਆਨੀ ਦੇ ਨਾਮ ਤੇ ਮੈਥ ਮੈਥ ਮੈਟੀਸ਼ੀਅਨ ਦੇ ਨਾਮ ਤੇ ਫਿਜ਼ਿਕਸਿਅਨ ਨਾਮ ਦੇ ਦਿਨਾਂ ਤੇ ਪ੍ਰਾਈਮ ਮਿਨਿਸਟਰ ਦੇ ਨਾਮ ਤੇ ਠੀਕ ਹੈ ਆਰੀਆ ਭੱਟਾ ਕੌਣ ਸੀ ਇਹਨਾਂ ਦੇ ਨਾਮ ਤੇ ਇਸ ਦਾ ਸੈਟੇਲਾਈਟ ਦਾ ਨਾਮ ਰੱਖਿਆ ਗਿਆ ਸੀ ਕੁਐਸਚਨ ਨੰਬਰ 5 ਨੇਮ ਦਾ ਫਰਸਟ ਸੈਟੇਲਾਈਟ ਵਿੱਚ ਬਾਜ਼ ਲਾਂਚਡ ਬਾਈ ਐਨ ਇੰਡੀਅਨ ਮੇਡ ਲਾਂਚ ਵਹੀਕਲ ਠੀਕ ਹੈ ਉਸੇ ਪਈ ਸੈਟੇਲਾਈਟ ਦਾ ਨਾਮ ਦੱਸੋ ਜਿਹੜੀ ਭਾਰਤ ਦੁਆਰਾ ਬਣਾਏ ਗਏ ਲੌਂਚ ਵਹੀਕਲ ਦੇ ਦੁਆਰਾ ਮਤਲਬ ਲੌਂਚ ਕੀਤੀ ਗਈ ਸੀ ਠੀਕ ਹੈ ਤੇ ਆਰੀਆ ਭਟਾ ਰੋहिणी ਚੰਦਰਯਾਨ 2 ਇਨਸੈਟ ਆਈ ਬੀ ਸਾਡੇ ਕੋਲ ਜਿਹੜੇ ਪਰੇਸ਼ਾਨਾ ਨੇ ਇਹ ਇਸ ਪੈਰੇ ਦੇ ਵਿੱਚੋਂ ਨੇ ਤੁਸੀਂ ਪੈਰਾ ਦੁਬਾਰਾ ਦੇਖ ਸਕਦੇ ਹੋ ਠੀਕ ਹੈ ਤਾਂ ਸਕਰੀਨਸ਼ਾਟ ਲੈ ਕੇ ਇਹਦੇ ਆਨਸਰ ਕਰ ਸਕਦੇ ਹੋ ਇਹ ਸਾਡੇ ਕੋਲ ਪੈਰਾ ਹੈ ਤੇ ਹੁਣ ਆਪਾਂ ਪੱਟ ਵੀਵਿਅਲ ਚਲਦੇ ਹਾਂ ਸਭ ਦੇ ਕੁਐਸਚਨ ਪੇਪਰ ਦੇ ਇਸ ਸਬਲੀਮੈਂਟਰੀ ਰੀਡਰ ਦੇ ਵਿੱਚੋਂ ਸਾਨੂੰ ਜਿਹੜਾ ਪਾਰਟ B ਹੈ ਠੀਕ ਹੈ ਸਬਲੀਮੈਂਟਰੀ ਰੀਡਰ ਅਬਜੈਕਟਿਵ ਟਾਈਪ ਕੁਐਸਚਨਸ ਚੂਜ਼ ਦਾ ਰਾਈਟ ਕੁਐਸਚਨ ਫੋਰ ਫੋਰ ਦਾ ਫੋਲੋਇੰਗ ਕੁਐਸਚਨਸ ਠੀਕ ਹੈ ਰਾਈਟ ਆਨਸਰ ਚੂਜ਼ ਦਾ ਰਾਈਟ ਆਨਸਰ ਟੇ ਵਿਚ ਵਾਸ ਵਾਟਸਨ ਬਾਈ ਦਾ ਪ੍ਰੋਫੈਸ਼ਨ ਬਟ ਵਾਸ ਵਾਟਸਨ ਬਾਈ ਦਾ ਪ੍ਰੋਫੈਸ਼ਨ ਜਿਹੜਾ ਵਾਟਸਨ ਸੀ ਉਹ ਕਿਤੇ ਦੇ ਤੌਰ ਤੇ ਕੀ ਸੀ ਦਾ ਡਾਈਇੰਗ ਡਿਟੈਕਟਿਵ ਪਾਰਟ ਦੇ ਵਿੱਚੋਂ ਇਹ ਠੀਕ ਹੈ ਇੱਕ ਡਾਕਟਰ ਸੀ ਟੀਚਰ ਸੀ ਡਿਟੈਕਟਿਵ ਸੀ ਜਾਂ ਫਿਰ ਪੁਲਿਸ ਆਫੀਸਰ ਸੀ ਇਸ ਤੋਂ ਬਾਅਦ ਸੈਕੰਡ ਹੌਲਮਸ ਗਾਟ ਦਾ ਇਲਮਸ ਇਲਨਸ ਫਰੋਮ ਸਮ ਡੈਸ਼ ਦਾ ਡਾਈਇੰਗ ਡਿਟੈਕਟਿਵ ਲੈਸਨ ਦੇ ਵਿੱਚੋਂ ਵੀ ਇਹੀ ਵਰਸ਼ਨ ਵਿੱਚੋਂ ਹੀ ਇਹੀ ਪ੍ਰਸ਼ਨ ਵੀ ਠੀਕ ਹੈ ਦਾ ਹੌਲਮਸ ਜਿਹੜਾ ਉਹਦਾ ਨਾਮ ਸੀ ਹੌਲਮਸ ਉਹ ਉਸ ਨੂੰ ਆਪਣੀ ਜਿਹੜੀ ਬਿਮਾਰੀ ਸੀ ਉਹ ਕਿਸ ਤੋਂ ਲੱਗੀ ਸੀ ਇੰਡੀਅਨ ਸੇਲਰਸ ਦੇ ਤੋਂ ਚైనੀਸ ਸੇਲਰਸ ਤੋਂ ਇੰਗਲਿਸ਼ ਸੇਲਰਸ ਤੋਂ ਯਾਰ ਰਸ਼ੀਅਨ ਸੇਲਰਸ ਤੋਂ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਹੋਰ ਕੁਐਸਚਨਾਂ ਵੱਲ ਕੁਐਸਚਨ ਨੰਬਰ 3 ਵਿਕਟਰ ਸਮਿਥ ਕਿਲੜ ਕਲਵਰਟਨ ਸਮਿਥ ਠੀਕ ਹੈ ਇਹ ਅਸੀਂ ਟਰੂ ਜਾਂ ਫਾਲਸ ਦੱਸਣਾ ਹੈ ਜੇਕਰ ਵਿਕਟਰ ਸਮਿਥ ਨੇ ਵਿਕਟਰ ਸਮਿਥ ਨੇ ਕਲਵਰਟਨ ਸਮਿਥ ਨੂੰ ਮਾਰਿਆ ਸੀ ਠੀਕ ਹੈ ਤਾਂ ਤੁਸੀਂ ਸਹੀ ਲਗਾ ਦਿਓ ਜੇਕਰ ਨਹੀਂ ਮਾਰਿਆ ਸੀ ਤਾਂ ਗਲਤ ਦਾ ਨਿਸ਼ਾਨ ਲਗਾ ਦਿਓ ਕੁਐਸਚਨ ਨੰਬਰ 6 4 ਹੂ ਵਾਸ ਚਾਰਜਡ ਵਿਦ ਦਾ ਮਰਡਰ ਆਫ ਹਿਸ ਨੇਫਿਊ ਕਿਸ ਨੂੰ ਆਪਣੇ ਜਿਹੜਾ ਨੈਫਿ ਹੁੰਦੇ ਭਤੀਜਾ ਉਸ ਦੇ ਮਾਰਨ ਦਾ ਮਤਲਬ ਦੋਸ਼ ਲਗਾਇਆ ਗਿਆ ਸੀ ਕਿਸ ਨੂੰ ਉਸ ਦੀ ਸਜਾ ਦਾ ਦੋਸ਼ ਲੱਗਿਆ ਸੀ ਤੇ ਮੌਤ ਦਾ ਦਾ ਡਾਇਗਨ ਟੈਕਟਿਵ ਲੈਸਨ ਦੇ ਵਿੱਚੋਂ ਹੈ ਮਿਸਿਸ ਹਾਰਟਸਨ ਮੌਰਟਨ ਸਮਿਥ ਜਾਂ ਵਾਟਸਨ ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਦੱਸਣਾ ਹੈ ਕੁਐਸਚਨ ਨੰਬਰ 5 ਹੌਲਮਸ ਡਿਡ ਨਾਟ ਵਾਂਟ ਵਾਟਸਨ ਟੂ ਟੱਚ ਹਿਸ ਥਿੰਗਸ ਟ्रू অর ਫਾਲਸ ਜਿਹੜਾ ਹੌਲਮਸ ਸੀ ਠੀਕ ਹੈ ਹੌਲਮਸ ਸੀ ਜੋ ਉਹ ਨਹੀਂ ਚਾਹੁੰਦਾ ਸੀ ਕਿ ਵਾਟਸਨ ਇਹੜਾ ਉਹਦੀਆਂ ਚੀਜ਼ਾਂ ਨੂੰ ਟੱਚ ਕਰੇ ਮਤਲਬ ਉਹ ਨਹੀਂ ਚੀਜ਼ਾਂ ਨੂੰ ਹੱਥ ਲਾਵੇ ਜਾਂ ਛੂਵੇ ਤਾਂ ਇਹ ਤੁਹਾਨੂੰ ਲੱਗਦਾ ਕਿ ਸਹੀ ਹੈ ਤਾਂ ਸਹੀ ਲਾ ਦਿਓ ਠੀਕ ਹੈ ਜੇਕਰ ਗਲਤ ਹੈ ਤਾਂ ਗਲਤ ਲਗਾ ਦਿਓ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਪੋਇਟਰੀ ਵੱਲ ਪੋਇਟਰੀ ਦੇ ਅਸੀਂ ਪ੍ਰਸ਼ਨ ਉੱਤਰ ਕਰਾਂਗੇ ਪਾਰਟ ਸੀ ਪੋਇਟਰੀ ਕੁਐਸਚਨ ਨੰਬਰ 3 ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਸਾਡੇ ਕੋਲ ਦੋ ਪੋਇਮਾਂ ਦੇ ਨਾਮ ਦਿੱਤੇ ਗਏ ਨੇ ਠੀਕ ਹੈ ਦੋਨਾਂ ਦੇ ਵਿੱਚੋਂ ਕੋਈ ਅਸੀਂ ਇੱਕ ਦਾ ਸੈਂਟਰਲ ਆਈਡੀਆ ਲਿਖਣਾ ਹੈ ਔਰ ਲਿਖਿਆ ਹੋਇਆ ਹੈ ਇੱਕ ਦਾ ਡੈਥ ਦਾ ਲੈਵਲਰ ਜਾਂ ਫਿਰ ਏ ਬਾਲਡ ਆਫ ਸਰ ਪ੍ਰਤਾਪ ਸਿੰਘ ਦੋ ਪੈਮਾਨੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਸੈਂਟਰ ਲਾਈਨ ਲਿਖਣਾ ਹੈ ਡੈਥ ਦਾ ਲੈਵਲਰ ਅਤੇ ਇਹ ਬਾਲਰ ਅਫਸਰ ਪ੍ਰਤਾਪ ਸਿੰਘ ਦਾ ਤੇ ਇਸ ਤੋਂ ਬਾਅਦ ਚਲਦੇ ਹਾਂ ਪਾਰਟ ਡੀ ਵੱਲ ਟਰਾਂਸਲੇਸ਼ਨ ਐਂਡ ਕੰਪੋਜੀਸ਼ਨ ਸਾਨੂੰ ਇਸ ਦੇ ਵਿੱਚ ਟਰਾਂਸਲੇਸ਼ਨ ਕਰਨ ਨੂੰ ਕਿਹਾ ਗਿਆ ਹੈ ਠੀਕ ਹੈ ਤੇ ਇਹਦੇ ਵੀ ਪੰਜ ਨੰਬਰ ਦੀ ਹੈ ਪੰਜਾਬੀ ਤੋਂ ਇੰਗਲਿਸ਼ ਪੰਜਾਬੀ ਤੋਂ ਜਿਹੜੀ ਇੰਗਲਿਸ਼ ਬਣਾਉਣੀ ਹੈ ਮੇਰੀ ਗੱਲ ਸੁਣੋ ਮੇਰੀ ਬਾਤ ਸੁਣੋ ਠੀਕ ਹੈ ਤੇ ਇਹਦੇ ਵਿੱਚ ਅਸੀਂ ਕਿਹੜੇ ਦੇ ਵਿੱਚ ਕਹਿ ਸਕਦੇ ਹਾਂ ਵੀ ਇਹ ਗੱਲ ਆਊਗੀ ਜਾਂ ਲਿਸਨ ਟੂ ਮੀ लिसन टू मी केयरफुली लैट मी स्पीक पे हीड टू बट आई से इस तुम तो बाद अपन किताबा खोलो अपनी किताबें खोलो डोंट ओपन यूअर बुक्स ओपन यूअर बुक्स ओपन यूअर नोटबुक्स ओपन देयर बुक्स अज बहुत गर्मी है आज बहुत गर्मी है इट्स प्लीजेंट टूडे इट्स वेरी कोल्ड टूडे इट्स वेरी हॉट टूडे इट्स क्लो क्लोज टूडे ਦਿੱਲੀ ਭਾਰਤ ਦੀ ਰਾਜਧਾਨੀ ਹੈ ਦਿੱਲੀ ਇਸ ਦਾ ਕੈਪੀਟਲ ਆਫ ਇੰਡੀਆ ਦਿੱਲੀ ਵਾਸ ਦਾ ਕੈਪੀਟਲ ਆਫ ਇੰਡੀਆ ਦਿੱਲੀ ਬਿਲਵੀ ਦਾ ਕੈਪੀਟਲ ਆਫ ਇੰਡੀਆ ਦਿੱਲੀ ਹੈਜ਼ ਬੀਨ ਦਾ ਕੈਪੀਟਲ ਆਫ ਇੰਡੀਆ ਸਿንስ 1947 ਕੁਐਸਚਨ ਨੰਬਰ 5 ਭਾਰਤ ਤਿਹਾਰਾਂ ਦੀ ਧਰਤੀ ਹੈ ਇੰਡੀਆ ਇਸ ਦਾ ਲੈਂਡ ਆਫ ਫੈਸਟੀਵਲਜ਼ ਵਾਸ ਇੰਡੀਆ ਇਸ ਲੈਂਡ ਆਫ ਫੈਸਟੀਵਲਜ਼ ਇੰਡੀਆ ਵਿਲ ਬੀ ਦਾ ਲੈਂਡ ਆਫ ਫੈਸਟੀਵਲਜ਼ ਵਾਂਸ ਇੰਡੀਆ ਵਾਸ ਅ ਲੈਂਡ ਆਫ ਫੈਸਟੀਵਲਜ਼ اے بچے وب ساوખા بی پرائز ਦੇ ਵਿੱਚ ਕੋਈ ਐਡੀ ਕਰਦ ਲਈ ਨਹੀਂ ਹੈ ਕਿ ਕਰਾਇਆ ਜਾਵੇ ਇਹ ਤੁਸੀਂ ਖੁਦ ਸੋਲਵ ਕਰਨਾ ਹੈ ਜੇਕਰ ਤੁਹਾਨੂੰ ਇਹ ਸੋਲਵ ਨਹੀਂ ਹੋ ਰਿਹਾ ਠੀਕ ਹੈ ਤਾਂ ਇਹ ਮੰਨਿਆ ਜਾਏਗਾ ਕਿ ਤੁਸੀਂ 10ਵੀਂ ਦੇ ਮਤਲਬ ਪਾਸ ਕਰਨ ਦੇ ਕੋਈ ਯੋਗ ਨਹੀਂ ਹੋ ਠੀਕ ਹੈ ਇਹ ਦੂਜਿਆਂ ਤੋਂ ਕਰਵਾਉਣਾ ਤੇ ਇਹ ਤੁਹਾਨੂੰ ਖੁਦ ਸੋਲਵ ਕਰਨਾ ਚਾਹੀਦਾ ਐਡਵਰਟਾਈਜ਼ ਗੈਲੈਕਸੀ ਹਰਬਲ ਟੂਥਪੇਸਟ ਔਰ ਐਡਵਰਟਾਈਜ਼ ओरिएंट ਪੈਨ ਠੀਕ ਹੈ ਇਹਨਾਂ ਦੋਨਾਂ ਦੇ ਵਿੱਚੋਂ ਅਸੀਂ ਇਹ ਲਿਖਣਾ ਹੈ ਐਡਵਰਟਾਈਜ਼ ਕਰਨੀ ਇਹਨਾਂ ਦੀ ਠੀਕ ਹੈ ਇਹ ਤੋਂ ਬਾਅਦ ਕੁਐਸਚਨ ਨੰਬਰ 6 ਡਿਵੈਲਪ ਏ ਪੈਰਾਗ੍ਰਾਫ ਆਫ ਨਾਟ ਮੋਰ ਦੈਨ 100 ਵਰਡਸ ਬੇਸਡ ਔਨ ਦਾ ਆਊਟਲਾਈਨ ਗਿਵਨ ਬਲੋ ਸਾਨੂੰ ਨਾ ਇੱਕ ਆਊਟਲਾਈਨ ਦਿੱਤੀ ਗਈ ਹੈ ਤੇ ਅਸੀਂ ਇੱਕ ਪੈਰਾਗ੍ਰਾਫ ਤਿਆਰ ਕਰਨਾ ਹੈ ਤੁਸੀਂ ਆਊਟਲਾਈਨ ਦੇ ਸਕਦੇ ਹੋ ਠੀਕ ਹੈ ਦੋ ਆਊਟਲਾਈਨਾਂ ਨੇ ਤੇ ਇੱਕ ਤਾਂ ਉੱਪਰ ਹੈ ਇਹ ਤੇ ਕਿ ਨੀਚੇ ਇਹਨਾਂ ਦੋਵਾਂ ਦੇ ਵਿੱਚੋਂ ਅਸੀਂ ਇੱਕ ਕਰਨੀ ਹੈ ਔਰ ਡਿਸਪਲਿਨ ਨੈਸੈਸਰੀ ਡੈਸ਼ ਹੋਸ ਡੈਸ਼ ਕਲਾਸਰੂਮ ਅਸੈਂਬਲੀ ਡੈਸ਼ ਹਾਊਸ ਪਲੇਗਰਾਉਂਡ ਡੈਸ਼ ਵਿਦਆਊਟ ਡਿਸਪਲਿਨ ਕਨਫਿਊਜ਼ਨ ਡਿਸਆਰਡਰ ਐਂਡ ਚਾਉਸ ਡੈਸ਼ ਨੋ ਵਰਕ ਔਰ ਪ੍ਰੋਗਰੈਸ ਪੋਸੀਬਲ ਵਿਦਆਊਟ ਡਿਸਪਲਿਨ ਡੈਸ਼ ਟ੍ਰੇਨਿੰਗ ਆਫ ਮਾਈਂਡ ਠੀਕ ਹੈ ਤੋਂ ਅਸੀਂ ਬਣਾਉਣਾ ਹੈ ਸਾਡੇ ਕੋਲ ਇੱਕ ਹੋਰ ਪੈਰਾ ਹੈਗਾ ਜਿਹੜਾ ਆਹ ਆਈ ਸਪੈਂਡ ਸਮ ਟਾਈਮ ਆਫ ਐਟ ਦਾ ਰੇਲਵੇ ਸਟੇਸ਼ਨ ਡੈਸ਼ ਲਾਈਕ ਵਾਚਿੰਗ ਟ੍ਰੇਨਸ ਡੈਸ਼ ਬਿਫੋਰ ਦਾ ਅਰਾਈਵਲ ਆਫ ਦਾ ਟ੍ਰੇਨ ਡੈਸ਼ ਗਰੋਇੰਗ ਐਕਸਾਈਟਮੈਂਟ ਐਂਡ ਦਾ ਐਕਟੀਵਿਟੀ ਡੈਸ਼ ਸਮ ਇਨ ਗ੍ਰੇਟ ਹਰੀ डैश सम अनहैपी एट द डिपार्चर ऑफ लवड बंस कूलीज रन डैश बेंडर्स बॉय मूव इन एंड आउट ऑफ द ट्रेन्स हैज लैफ्ट डैश प्लेटफॉर्म गिव्स ए डिसर्टेड बुक लुक ठीक है इस तो बाद जी है एप्लीकेशन क्वेश्चन नंबर सैवन ठीक है ये असं जूआर रोहित वर्मा लिविंग एट ट्वेंटी सैवन गांधी नगर पानीपत्र आई टी लैटर टू जूअर यंगर ब्रादर who is a bookworm persuading him to take part in games apna jada pra hai tohaada theek hai oh hai gaya kitabi kida usnu asi arzi likhni hai ki oh game ma de vich vi pag leve theek hai is to baad jaange sade kol asi dekhne you are monu and you live at 51 central town nangal right the letter to your father who is away on a long tour giving him the home news ਜਿਹੜਾ ਤੁਹਾਡਾ ਪਿਤਾ ਜੀ ਨੇ ਉਹ ਘਰ ਤੋਂ ਬਹੁਤ ਦੂਰ ਨੇ ਉਹਨਾਂ ਨੂੰ ਆਪਣੇ ਘਰ ਦੀ ਖਬਰ ਦੇਣੀ ਹੈ ਤੇ ਉਹਨਾਂ ਨੂੰ ਇੱਕ ਪੱਤਰ ਲਿਖਣਾ ਹੈ ਤੇ ਇਹ ਪੇਪਰ ਤੁਸੀਂ ਕਰਨਾ ਹੈ ਧੰਨਵਾਦ